ਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਬਾਹ ਵਧੀਆ ਜੀ ਜੇ ਝਰਮ ਲੈ ਲੇ ਬਾਹ ਵਧੀਆ ਸਾਡੀ ਆਤਮਾ ਠਰਕੀ ਤੇ ਲੋਕਾਂ ਨੇ ਆਪਣਾ ਇੱਕ ਵੀਊ ਲੈਣ ਵਾਸਤੇ ਪੇਜਾਂ ਨੇ ਪਾਤੀ ਆ ਵੀਡੀਓ ਪਰ ਉਹਨਾਂ ਦਾ ਪਰਿਵਾਰ ਤਾਂ ਇਹ ਨਹੀਂ ਵੇਖੇ ਉਹਨਾਂ ਨੂੰ ਕਿੰਨੀ ਥੇਸ ਪਹੁੰਚਣੀ ਆ ਐਂ ਦੇ ਕਿਨੇ ਪ੍ਰਮਾਤ ਬਾਗੇ ਚਲੋ ਮਹਾਰਾਜ ਉਹਨਾਂ ਨੂੰ ਵੀ ਪੁੱਤ ਦਵੇ ਤੇ ਫਤੇ ਵੀਰ ਵਾਪਸ ਆਜੇ ਮਹਾਰਾਜ ਅਗੇ ਕਰਦੇ ਅਰਦਾਸਾ ਪੀ ਜਿੰਨਾ ਪੇਜਾਂ ਨੇ ਵੀਡੀਓ ਪਾਈਓ ਜਰੂਰ ਡਿਲੀਟ ਕਰੋ ਇਹ ਗਲਤ ਮੈਸੇਜ ਨਾ ਪਾਓ ਜੇ ਨਹੀਂ ਹਟਦੇ ਫੇਰ ਤਾਂ ਹੀ ਕੁਝ ਸਟੈਪ ਚੁੱਕਾਗੇ ਇਹ ਗਲਤ 바ਕੀ ਇਸ ਤਰ੍ਹਾਂ ਵੀਡੀਓ ਯੂਜ਼ ਨਹੀਂ ਕਰਨੀ ਚਾਹੀਦੀ ਕਿ ਮਤਲਬ ਕਿ ਕੋਈ ਪਹਿਲਾਂ ਪੁੱਛ ਲਿਆ ਜਾਵੇ ਵੀ ਹਾਂ ਇਹ ਬੱਚਾ ਤੁਹਾਡੇ ਘਰ ਜਾਣਾ ਕਿੱਥੇ ਹੋਇਆ ਕਿਤਰਾ ਆਇਆ ਫੇਰ ਪੁੱਛ ਕੇ ਸਾਰਾ ਪਉਣਾ ਚਾਹੀਦਾ ਉਹਨਾਂ ਉਤਨਾ ਹੀ ਮਤਲਬ ਕਿ ਪਾਰਤੀ ਗਾਂ ਵਾਇਰਲ ਕਰਨ ਦੇ ਮਾਰਿਆ ਵੀਡੀਓ ਪਾਤੀ ਉਹਨਾਂ ਨੇ ਮਤਲਬ ਕਿ ਵੀਡੀਓ ਗਲਤ ਜੋੜੀ ਆ ਬਹੁਤ ਦੁੱਖ ਵਾਲੀ ਗੱਲ ਆ ਪਰ ਸਾਡੇ ਘਰ ਤੇ ਖੁਸ਼ੀਆਂ ਆਈਆਂ ਪਰ ਜਦੋਂ ਉਹਸ ਹੁੰਦੇ ਹੋਣਗੇ ਤੇ ਉਹਨਾਂ ਲਈ ਦੁੱਖ ਦੀ ਗੱਲ ਆ ਪੰਜਾਬੀ ਲੋਕ ਚੈਨ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਜੀ ਮੈਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਜਿੱਥੇ ਕਿ ਸੋਸ਼ਲ ਮੀਡੀਆ ਤੇ ਇੱਕ ਬੜੀ ਤੇਜ਼ੀ ਨਾਲ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਜਿਹੜੀ ਇੱਕ ਲੇਡੀਜ਼ ਵੱਲੋਂ ਜਿਹੜਾ ਇੱਕ ਬੱਚਾ ਲੈ ਕੇ ਜਾਇਆ ਜਾ ਰਿਹਾ ਅਤੇ ਲੋਕਾਂ ਦਾ ਕਹਿਣਾ ਕੀ ਇਹ ਜਿਹੜਾ ਫਤੇ ਵੀਰ ਸਿੰਘ ਫਤੇ ਵੀਰ ਸਿੰਘ ਆ ਜਿਹੜਾ ਕਿ ਬੋਰਵਾਲ ਵਿੱਚ ਜਿਹੜਾ ਡਿੱਗਿਆ ਸੀ ਅਤੇ ਸੰਗਰੂਰ ਦੇ ਲਾਗੇ ਜਿਹੜਾ ਪਿੰਡ ਆ ਭਗਵਾਨਪੁਰ ਉੱਥੋਂ ਦਾ ਰਹਿਣ ਵਾਲਾ ਸੀ ਪਰ ਪੰਜਾਬੀ ਲੋਕਾਂ ਦੀ ਟੀਮ ਅੱਜ ਸਚਾਈ ਜਿਹੜੀ ਸਾਰੀ ਜਾਣਨ ਵਾਸਤੇ ਅੱਜ ਆਈ ਆ ਅਮਰਸਾ ਦੇ ਪਿੰਡ ਅਹੀ ਨਾਲ ਆ ਅਈ ਨਾਲੇ ਦੇ ਪਿੰਡ ਲਖੋਵਾਲ ਪਿੰਡ ਆ ਉਥੇ ਦੇ ਪਰਿਵਾਰ ਨਾਲ ਆ ਕੇ ਸਾਂਝੀ ਕਰੀਏ ਤੁਸੀਂ ਦੇਖ ਲਓ ਤਸਵੀਰਾਂ ਤੁਸੀਂ ਲਗਾਤਾਰ ਉਸ ਪਰਿਵਾਰ ਦੀ ਜਿਹੜੀਆਂ ਘਰ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਅਈ ਨਾਲੇ ਦੇ ਪਿੰਡ ਪੱਖੋਵਾਲ ਦੇ ਲਖੋਵਾਲ ਜਿਹੜੀਆਂ ਪਿੰਡ ਦੀਆਂ ਜਿੰਨੀਆਂ ਤਸਵੀਰਾਂ ਨੇ ਇਹ ਤੁਸੀਂ ਲਗਾਤਾਰ ਦੇਖ ਰਹੇ ਹੋ ਅਸੀਂ ਉਸ ਘਰ ਵਿੱਚ ਮੌਜੂਦ ਆ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਸਚਾਈ ਕੀ ਹੈ ਸਾਲ ਗੱਲਬਾਤ ਕਰਨ ਨੇ ਤਾਇਆ ਜੀ ਨਾਲ ਨੇ ਫਤਿਹਵੀਰ ਸਿੰਘ ਦੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜਸਪ੍ਰੀਤ ਸਿੰਘ ਪੁਵਾਰ ਪਿੰਡ ਲਖੂਆਲ ਆ ਤੇ ਐਂ ਤੇ ਮਤਲਬ ਵੀਡੀਓ ਇੱਕ ਖੁਸ਼ ਪਾਈ ਖੁਸ਼ੀ ਕਰਕੇ ਵੀ ਜਦੋਂ ਪਰ ਬੱਚਾ ਆਇਆ ਉਹਦਾ ਨਾਮ ਫਤੇਹ ਵੀਰ ਸਿੰਘ ਰੱਖਿਆ ਸੀ ਤੇ ਆਹ ਹੀ 부ਹੇ ਦੇ ਅੱਗੇ ਇੰਟਰ ਕਹੋਂਦਾ ਕਰ ਹੋਂਡਿਆਂ ਤੇ ਪਾਤੀ ਪਰ ਲੋਕਾਂ ਨੇ ਜਿਆਦਾ ਦਾ ਗਲਤ ਯੂਜ਼ ਕੀਤਾ ਉੱਤੇ ਲਿਖ ਲੈ ਕੇ ਵੀ ਨਹੀਂ ਇਹ ਬੱਚਾ ਜੀ ਦੂਜੇ ਫਤੇਹ ਵੀਰ ਉਹਨਾਂ ਦੂਜੇ ਪਰਿਵਾਰ ਘਰ ਹੋਇਆ ਵਾ ਗਲਤ ਮੈਸੇਜ ਦਿੱਤਾ ਲੋਕਾਂ ਨੇ ਉੱਤੇ ਵੀਊ ਲੈਣ ਵਾਸਤੇ ਫਿਰ ਲੈਣ ਵਾਸਤੇ ਇਹਨਾਂ ਨੇ ਵਾਇਰਲ ਕਰਤੀ ਕੀ ਲੱਗਦਾ ਜਿੱਥੇ ਇਸ ਪਰਿਵਾਰ ਚ ਪਰਿਵਾਰ ਜੇ ਖੁਸ਼ੀ ਦਾ ਮਾਹੌਲ ਆ ਉਥੇ ਹੀ ਜਿਹੜਾ ਉਸ ਪਰਿਵਾਰ ਦੇ ਦੁੱਖ ਦਾ ਪਹਾੜ ਟੁੱਟਿਆ ਗਿਆ ਨੇ ਉਹਨਾਂ ਨੇ ਕਹਿਣਾ ਵੀ ਕੋਈ ਸਾਡੇ ਜੱਖਾਂ ਮਿਆ ਫਿਰ ਤੋਂ ਹਰੇ ਹੋ ਗਏ ਨੇ ਕਿਉਂ ਜਿੱਥੇ ਸਾਡੇ ਇੱਕ ਬੱਚੇ ਦੀ ਯਾਦ ਸੀ ਅਸਾਂ ਇਸ ਭਲਾਈ ਸੀ ਕਿ ਕੋਈ ਬੱਚਾ ਜਦੋਂ ਵਿਸ਼ੇ ਜੁਗਾਂ ਜੋ ਚਲ ਜਾਂਦੀਆਂ ਨੇ ਤੇ ਬੜਾ ਦੁੱਖ ਹੁੰਦਾ ਵਾ ਜਦੋਂ बार-बार ਲੋਕ ਫੋਨ ਕਰਕੇ ਉਹਨਾਂ ਨੂੰ ਵਧਾਈ ਦੇ ਰਹੇ ਨੇ ਵੀ ਵਧਾਈ ਹੋਵੇ ਜਿਹੜਾ ਗਿਆ ਫਤੇ ਵੀਰ ਜਨਰਲ ਜਨਰਲ ਲੈ ਆਵਾ ਤੇ ਕਿੰਨਾ ਕੁ ਦੁਖੀ ਹੋਇਆ ਪਰਿਵਾਰ ਕਿੰਨਾ ਕੁ ਮਨ ਨੂੰ ਮਸਹੂਰ ਕਰਦੇ ਉਹ ਦੁਖੀ ਦਾ ਨੇ ਇਹ ਸੁਣ ਦੇਖੀ ਮੈਂ ਵੀ ਵੀਡੀਓ ਵੇਖ ਕੇ ਬਹੁਤ ਦੁੱਖਜਾਇਆ ਮਨ ਨੂੰ ਥੇਸ ਪਹੁੰਚੀ ਆ ਵੀ ਲੋਕਾਂ ਨੇ ਆਪਣਾ ਇੱਕ ਵਿਊ ਲੈਣ ਵਾਸਤੇ ਪੇਜਾਂ ਨੇ ਪਾਤੀ ਆ ਵੀਡੀਓ ਪਰ ਉਹਨਾਂ ਦਾ ਪਰਿਵਾਰ ਦਾ ਇਹ ਨਹੀਂ ਵੇਖਿਆ ਉਹਨਾਂ ਨੂੰ ਕਿੰਨੀ ਥੇਸ ਪਹੁੰਚਣੀ ਆ ਇਹਨਾਂ ਨੇ ਬਹੁਤ ਕੰਮ ਗਲਤ ਕੀਤਾ ਵਾ ਇਹ ਕੰਮ ਕਰਨਾ ਨਹੀਂ ਉਹਨਾਂ ਨੂੰ ਚਾਹੀਦਾ ਵੀ ਅੱਗੇ ਉਹ ਦੁਖੀਏ ਦੁੱਖ ਭੁੱਲਿਆ ਨਹੀਂ ਫੇਰ ਸ਼ੁਰੂ ਤੋਂ ਉਹਨਾਂ ਨੂੰ ਚੇਤੇ ਕਰਾਇਆ ਵਾ ਅਸੀਂ ਦੇ ਕਿਨੇ ਪ੍ਰਮਾਤ ਬਾਕੇ ਚਲੋ ਮਹਾਰਾਜ ਉਹਨਾਂ ਨੂੰ ਵੀ ਪੁੱਤ ਦੇਵੇ ਤੇ ਫਤਿਹਵੀਰ ਵਾਪਸ ਆ ਜਾਏ ਮਹਾਰਾਜ ਅਗੇ ਕਰਦੇ ਅਰਦਾਸ ਪਰ ਜਿਨ੍ਹਾਂ ਲੋਕਾਂ ਨੇ ਜਾਣ ਕੇ ਗਲਤ ਤਫਾ ਵਾ ਡਾ ਕੇ ਉਹਨਾਂ ਨੂੰ ਠੇਸ ਪਹੁੰਚਾਈ ਇਹ ਕੰਮ ਗਲਤ ਕੀਤਾ ਕੀ ਲੱਗਦਾ ਵੀ ਤੁਸੀਂ ਜਿਹੜੀ ਟਾਡੀ ਆਈਡੀ ਦਾ ਜਿਹੜਾ ਵੀਡੀਓ ਜਿਹੜੀ ਗਲਤ ਟਿਕਟੋਕ ਤੇ ਕਿਸ ਨੇ ਪੇਸ਼ ਕਰ ਦਿੱਤੀ ਆ ਉਹਨਾਂ ਦੇ ਸ਼ਰਾਦ ਦੀ ਅੰਸਾ ਖਿਲਾਫ ਤੁਸੀਂ ਕਾਨੂੰਨੀ ਕਾਰਵਾਈ ਜਿਹੜੀ ਕਰਾਓਗੇ ਕਿ ਨਹੀਂ 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 ਤਾਂ ਇਹ ਕਿੰਨੇ ਵੀ ਜਿੰਨੇ ਪੇਜਾਂ ਨਾਲ ਅੱਗੇ ਇੰਟਰਵਿਊ ਹੋਈਓ ਚ ਵੀ ਆਖਿਆ ਵੀ ਜਿਨ੍ਹਾਂ ਪੇਜਾਂ ਨੇ ਵੀਡੀਓ ਪਾਈਓ ਜਰੂਰ ਡਿਲੀਟ ਕਰੋ ਇਹ ਗਲਤ ਮੈਸੇਜ ਨਾ ਪਾਓ ਜੇ ਨਹੀਂ ਹਟਦੇ ਫੇਰ ਤਾਂ ਹੀ ਕੁਝ ਸਟੈਪ ਚੁੱਕਾਂਗੇ ਉਹਨਾਂ ਦੇ ਕੀ ਇਹ ਵੀ ਦਸਵਾ ਦਸ਼ਕਾ ਨੂੰ ਵੀ ਫਤਵੀ ਦੇ ਜਿਹੜੇ ਘਰੋਂ ਪਰਿਵਾਰ ਚੋਂ ਕਿਸੇ ਦਾ ਤੁਹਾਨੂੰ ਫੋਨ ਆਇਆ ਵਾ ਕਿ ਕੀ ਗੱਲਬਾਤ ਹੋਈ ਤੁਹਾਡੇ ਨਾਲ ਤੁਸੀਂ ਦੱਸੋ ਮੜਾ ਜੀ ਹਾਂ ਜੀ ਇੱਕ ਫੋਨ ਆਇਆ ਕੱਲ ਮਤਲਬ ਉਹ ਐ ਹੀ ਦੱਸਿਆ ਵੀ ਭਾਜੀ ਅੰਜ ਤੁਹਾਡੀ ਵੀਡੀਓ ਵਾਇਰਲ ਹੋਈ ਆ ਬੱਚੇ ਦੀ ਤੇ ਮਤਲਬ ਸਾਨੂੰ ਬਹੁਤ ਫੋਨ ਆਉਂਦੇ ਲੋਕ ਕਰਨਦੇ ਆ ਤੇ ਕੀ ਗੱਲ ਬਣੀ ਫਿਰ ਮਨ ਨੂੰ ਦੱਸਿਆ ਵੀ ਅੰਜ ਮੈਂ ਤੇ ਵੈਸੇ ਹੀ ਛੁੱਟੀ ਮਿਲੀ ਸੀ ਹਸਪੀਟਲੋਂ ਤੇ ਆਣ ਕੇ ਅੰਦਰ ਵੈਲਕਮ ਲੱਗੇ ਆਂ ਤੇ ਪਾਤੀ ਟਿਕਟੋਕ ਤੇ ਤੇ ਉਹ ਜਿਆਦਾ ਉੱਤੇ ਲਿਖਤਾ ਮੈਂਸ਼ਨ ਕਰਕੇ ਫਤੇਹ ਵੀਰ ਤੇ ਉਹਨਾਂ ਚੁੱਕਤੀ ਵੀਡੀਓ ਹੋਰ ਕੋ ਗਲਤ ਬਣਾ ਕੇ ਉੱਤੇ ਲਿਖਤਾ ਵੀ ਨਹੀਂ ਇਹ ਤੇ ਫਤੇਹ ਵੀਰ ਉਹਨਾਂ ਦੇ ਪਰਿਵਾਰ ਵਿੱਚ ਹੋਇਆ ਵਾ ਗੱਲ ਕਰੀਏ ਮੁੜ ਵਾਪਸ ਗੱਲ ਕਰੀਏ ਫਤੇਹ ਵੀਰ ਦੀ ਫਤੇਹ ਵੀਰ ਦਾ ਜਿਹੜਾ ਨਾਮ ਆ ਉਹ ਕਿਸ ਤਰ੍ਹਾਂ ਢਾਡੇ ਦਿਮਾਗ ਚ ਆਇਆ ਕਿਸ ਤਾ ਜਹਨ ਚ ਆਇਆ ਕਿ ਜਾਂ ਕੋ ਅੱਖ ਖੜਾ ਆ ਗਿਆ ਗੁਰੂ ਗੋਬਿੰਦ ਸਾਹਿਬ ਚੋਂ ਕਿਸ ਤਾ ਢਾਡੇ ਦਿਮਾਗ ਆ ਵੀ ਫਤੇਹ ਵੀਰ ਸਿੰਘ ਨਾ ਹੀ ਰੱਖਣਾ ਬਚੇ ਨੀ ਮੇਰੇ ਫਾਦਰ ਸਾਹਿਬ ਜੀ ਦਾ ਨਾਮ ਸਰਦਾਰ ਅਨਬੀਰ ਸਿੰਘ ਆ ਉਹਨਾਂ ਨੇ ਉਹਨਾਂ ਦੀ ਹਰ ਦਰਦ ਹੋ ਗਈ ਆ 4 ਸਾਲ ਹੋ ਗਏ ਦਰਦ ਹੋਏ ਨੂੰ ਉਹਨਾਂ ਨੇ ਬੱਲਾ ਹੀ ਆਖਿਆ ਵੀ ਜਦੋਂ ਮੇਰੇ ਪੇੜੇ ਵਹਿ ਗਏ ਉਹਨਾਂ ਦੇ ਪੁੱਤ ਇੱਥੇ ਇੱਕ ਦਾ ਨਾਂ ਉਹਦੇ ਵੀਰ ਰੱਖਿਆ ਸੀ ਤੇ ਦੂਜੇ ਦਾ ਫਦੇ ਵੀਰ ਰੱਖਣਾ ਵਾ ਅਹੀਂ ਸ਼ੁਰੂ ਤੋਂ ਹੀ ਹਾਈ ਪਲਾਨ ਕੀਤਾ ਵੀ ਇਹ ਨਾਂ ਰੱਖਣਾ ਵਾ ਤੇ ਉਹ ਫਿਰ ਸਾਡੀ ਸਿਸਟਰ ਤੇ ਉਹਨੇ ਫਿਰ ਉਹ ਜਦੋਂ ਉੱਥੇ ਜਨਮ ਲਿਆ ਉਦੋਂ ਵੀ ਮੈਂ ਆਪਣੀ ਟਿਕਟੋਕ ਆਈਡੀ ਤੇ ਪਾਈ ਸੀ ਵੀਡੀਓ ਵੀ ਜੋ ਜਨਮ ਲਾ ਕੇ ਬਾਹਰ ਆਇਆ ਬੱਚਾ ਤੇ ਆਪਾਂ ਉਦੋਂ ਹੀ ਨਾਂ ਰੱਖਤਾ ਵੀ ਦਾ ਨਾਂ ਅੱਜ ਤੋਂ ਫਦੇ ਵੀਰ ਆ ਤੇ ਉਹ ਬਾਕੀ ਜਦੋਂ ਇੱਥੇ ਉੱਥੇ ਨਹੀਂ ਲਿਖਿਆ ਜਦੋਂ ਇੱਥੇ ਘਹਰਾਨ ਕੇ ਉੱਤੇ ਫਤੇ ਵੀਰ ਲਿਖਿਆ ਸਾਰੇ ਪੁੱਛਦੇ ਵੀ ਮੈਸੇਜ ਕਰਕੇ ਵੀ ਬੱਚੇ ਦਾ ਨੇਮ ਕੀ ਰੱਖਿਆ ਵਾ ਤੇ ਉਹ ਫੇਰ ਐਂ ਫੇਰ ਤਾਂ ਕਰਕੇ ਮੈਂ ਉੱਤੇ ਟਿਕਟੋਕ ਤੇ ਲਿਖਿਆ ਵੀ ਬੱਚੇ ਦਾ ਨਾਮ ਫਤੇ ਵੀਰ ਆ ਪਰ ਉਹ ਲੋਕਾਂ ਨੇ ਉਹਦਾ ਗਲਤ ਯੂਜ਼ ਕਰਕੇ ਪਾਤੀ ਗਾ ਇਸ ਹੀ ਸਾਡਾ ਗੱਲਬਾਤ ਕੀਤੀ ਸਾਡੇ ਨਾਲ ਜਿਹੜੇ ਲੜਕੇ ਦੇ ਫਤੇਵੀਰ ਦੇ ਜਿਹੜਾ ਤਾਇਆ ਜੀ ਹੈ ਜਿੰਨਾਂ ਕਿਹਾ ਗਿਆ ਉਹ ਕਿ ਅਸੀਂ ਜਿਹੜੀ ਟਿਕਟੌਕ ਤੇ ਵੀਡੀਓ ਬਣਾਈ ਸੀ ਕਿਸੇ ਦਾ ਜੜਾ ਵਾ ਮਤ ਭੇਜਾ ਕਿਸੇ ਨੂੰ ਦੁੱਖ ਤਕਲੀਫ ਕਰਕੇ ਨਹੀਂ ਸਾਡਾ ਕਿ ਖੁਸ਼ੀ ਦਾ ਮੌਲ ਸੀ ਸਾਡੇ ਪਰਿਵਾਰ ਦੇ ਘਰ ਇੱਕ ਜੀ ਜਿਹੜਾ ਆਇਆ ਵਾ ਉਹਦਾ ਨਾਂ ਫਤੇਵੀਰ ਰੱਖਿਆ ਗਿਆ ਸੀ ਅਤੇ ਅਸਲੀ ਜਿਹੜੀ ਅਸਲੀਅਤ ਆ ਟਿਕਟੌਕ ਦੀ ਜਾਂ ਫਤੇਵੀਰ ਜਿਹੜੀ ਵੀਡੀਓ ਦੀ ਅਸਲੀ ਜਿਹੜੀ ਸਚਾਈ ਆ ਉਹ ਅਸੀਂ ਦਿਖਾਈ ਪੀ ਸਚਾਈ ਕੀ ਆ ਅਸੀਂ ਫਤੇਵੀਰ ਤਸਵੀਰਾਂ ਤਾਂ ਦਿਖਾਵਾਂਗਾ ਲਗਾਤਾਰ ਇਹ ਉਹ ਬੱਚਾ ਵਾ ਫਤੇਵੀਰ ਸਿੰਘ ਜਿਹੜੀਆਂ ਤਸਵੀਰਾਂ ਤੁਸੀਂ ਲਗਾਤਾਰ ਅਸੀਂ ਕੈਮਰੇ ਵਿੱਚ ਫਤੇਵੀਰ ਸਿੰਘ ਨੂੰ ਜਿਹੜੇ ਉਸ ਦਾਦੀ ਨੇ ਉਠਾਇਆ ਹੋਇਆ ਅਤੇ ਫਤੇਵੀਰ ਨੇ ਜਿਹੜਾ ਜਨਮ ਲਿਆ 26 3 ਨੂੰ ਜਨਮ ਲਿਆ ਅੰਮ੍ਰਿਤਸਰ ਦੇ ਬੇਰੀ ਹਸਪਤਾਲ ਵਿੱਚ ਜਿਹੜਾ ਜਨਮ ਲਿਆ ਫਤੇਵੀਰ ਸਿੰਘ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਸਾਡੇ ਕੈਮਰੇ ਦੇ ਦੇਖ ਰਹੇ ਹੋ ਇਹ ਉਹ ਪਰਿਵਾਰ ਨੇ ਫਾਦਰ ਸਾਹਿਬ ਨੇ ਫਤੇਵੀਰ ਸਿੰਘ ਦੇ ਅਤੇ ਹੁਣੇ ਟੰਡ ਗੱਲਬਾਹ ਕਰਾਈ ਉਹਦੇ ਤਾਇਆ ਜੀ ਨਾਲ ਇਹ ਪਰਿਵਾਰ ਕੇ ਮੈਂਬਰ ਨੇ ਫਤੇਵੀਰ ਸਿੰਘ ਦੇ ਤਸਵੀਰਾਂ ਤੁਸੀਂ ਲਗਾਤਾਰ ਸਾਡੇ ਕੈਮਰੇ ਦੇ ਦੇਖ ਰਹੇ ਹੋ ਗੱਲਬਾਹ ਕਰਨ ਨੇ ਉਹਦੇ ਫਤੇਵੀਰ ਸਿੰਘ ਦੇ ਪਿਤਾ ਜੀ ਨਾਲ ਉਹਨਾਂ ਨਾਲ ਕੀ ਕਹਿਣਾ ਵਾ ਹਾਂਜੀ ਸਰ ਆਪਣਾ ਨਾਮ ਦੱਸ ਕੀਤੇ ਤੇ ਜਿਹੜੀ ਵੀਡੀਓ ਪਾਈ ਗਈ ਫਤੇਵੀਰ ਦੀ ਕੀ ਸਚਾਈ ਕੀ ਹੈਗਾ ਸਰ ਮੇਰਾ ਨਾਮ ਬਲਜੀਤ ਸਿੰਘ ਆ ਸਰ ਇਹ ਵੀਡੀਓ ਮਤਲਬ 26 ਜੂਨ ਦਾ ਬੇੜੇ ਨੇ ਜਨਮ ਲਿਆ ਸੀ ਤੇ ਉਸ ਦਿਨ ਦੀ ਵੀਡੀਓ ਮਤਲਬ ਪਾਈ ਹੋਈ ਸੀ ਟਿਕਟੋਕ ਤੇ ਤੇ ਜਦੋਂ ਮੜ ਪਈ ਵੀਡੀਓ ਪਾਈ ਤੇ ਕਿਸੇ ਨੇ ਲਾਈਕ ਵਧਾਉਣ ਵਾਸਤੇ ਆਪਣੇ ਪੇਜ ਦੇ ਉੱਤੇ ਪਾਤੀ ਵੀਡੀਓ ਇਹ ਜਦੋਂ ਉਹਨਾਂ ਉੱਤੇ ਮੜ ਪੀ ਗਲਤ ਲਿਖਤਾ ਮੜ ਪਈ ਇਹ ਉਹ ਬੱਚਾ ਵਾ ਉਹਨਾਂ ਘਰ ਦੁਬਾਰਾ ਪੈਦਾ ਹੋਇਆ ਵਾ ਜਿਹੜੇ ਮੜ ਪੀ ਫਤੇ ਵੀਰ ਸਿੰਘ ਜਿਹੜਾ ਮੜ ਬੋਰ ਵਿੱਚ ਡੱਗਿਆ ਸੀ ਹੈ ਉਹਨਾਂ ਇਹ ਜੋੜ ਕੇ ਵੀਡੀਓ ਪਾਤੀ ਇਹ ਗਲਤੀ ਮੜਪੀ ਉਹਨਾਂ ਗਲਤੀ ਕੀਤੀ ਵੀ ਜੋੜ ਤੇ ਲਿਖ ਕੇ ਗਲਤ ਪਾਤਾ ਬਾਕੀ ਚੰਗੇ ਤਰ੍ਹਾਂ ਵੇਖਿਆ ਨਹੀਂ ਉਹਨਾਂ ਬਾਕੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਚਲੋ ਜੋ ਵੀ ਹੈਗਾ ਚਲੋ ਠੀਕ ਆ ਬਾਕੀ ਇਹ ਜਿਹੜੀ ਲੋਕਾਂ ਨੇ ਕੁਝ ਕੁ ਲੋਕਾਂ ਨੇ ਜਿਹੜਾ ਲਾਈਕ ਵਧਾਉਣ ਵਾਸਤੇ ਮਤਲਬ ਗਲਤ ਯੂਜ਼ ਕੀਤੀ ਹੈ ਵੀਡੀਓ ਇਹ ਗਲਤ ਕੰਮ ਆ ਉਹਨਾਂ ਦੇ ਪਰਿਵਾਰ ਨੂੰ ਵੀ ਠੇਸ ਪਹੁੰਚੀ ਜਿੰਨਾਂ ਨੂੰ ਮੜਪੀ ਬੱਚਾ ਡੱਗਾ ਸੀ ਉਹਨਾਂ ਨੂੰ ਸਾਲ ਬਾਅਦ ਫਿਰ ਜਿੱਤ ਆਇਆ ਆਪਣੇ ਬੱਚੇ ਦਾ ਬਾਕੀ ਇਹ ਗਲਤ ਕਰਨਾ ਕੀਤਾ ਜੋ ਵੀ ਕੀਤਾ ਇਹਨਾਂ ਵੀਡੀਓ ਵਾਲਿਆਂ ਬਾਕੀ ਸਹੀ ਚਾਹੀਦਾ ਮੁੱਦੇ ਵਿੱਚ ਚੀਜ਼ ਚੰਗੀ ਤਰ੍ਹਾਂ ਵੇਖ ਕੇ ਕਿਸੇ ਨੂੰ ਪੁੱਛ ਕੇ ਫਿਰ ਪਾਈ ਜਾਵੇ ਵੀ ਹਾਂ ਅਸਲ ਕੀ ਹੈ ਸਚਾਈ ਕੀ ਹੈ ਇਹ ਗਲਤ 바ਕੇ ਇਸ ਤਰ੍ਹਾਂ ਵੀਡੀਓ ਯੂਜ਼ ਨਹੀਂ ਕਰਨੀ ਚਾਹੀਦੀ ਕਿ ਮਤਲਬ ਕਿ ਕੋਈ ਪਹਿਲਾਂ ਪੁੱਛ ਲਿਆ ਜਾਵੇ ਵੀ ਹਾਂ ਇਹ ਬੱਚਾ ਤੁਹਾਡੇ ਘਰ ਜਨਮ ਕਿੱਥੇ ਹੋਇਆ ਕਿਤਰਾ ਆਇਆ ਫਿਰ ਪੁੱਛ ਕੇ ਸਾਰਾ ਪਾਉਣਾ ਚਾਹੀਦਾ ਉਹਨਾਂ ਉਤਨਾ ਹੀ ਮਲਪੀ ਪਾਤੀ ਗਾਂ ਵਾਇਰਲ ਕਰਨ ਦੇ ਮਾਰਿਆ ਵੀਡੀਓ ਪਾਤੀ ਕੀ ਪਰਿਵਾਰ ਨੂੰ ਉਸ ਜਿਹੜਾ ਫਤੇਵੀਰ ਦਾ ਪਰਿਵਾਰ ਸੀ ਉਹਨਾਂ ਨੂੰ ਕਾਫੀ ਦੁੱਖ ਜਿਹੜਾ ਮਿਲਿਆ ਉਹਨਾਂ ਨੂੰ ਦੁੱਖ ਅਹਿਸਾਸ ਹੋਇਆ ਕਿਉਂਕਿ ਜਿਹੜੀਆਂ ਉਹਨਾਂ ਜ਼ਖਮ ਇੱਕ ਵਾਰੀ ਫੇਰ ਤੋਂ ਖਾਰੇ ਹੋ ਗਏ ਨੇ ਤੇ ਉਸ ਪਰਿਵਾਰ ਨੂੰ ਕੀ ਅਰਦਾਸ ਕਰਦੇ ਹੋ ਪ੍ਰਮਾਤਮਾ ਗਾੜੀ ਬੇਨਤੀ ਕਰਦੇ ਹੋ ਸਰ ਅਹੀਂ ਉਹਨੇ ਮਲਪੀ ਉਹਨਾਂ ਘਰ ਵਿੱਚ ਚਲੋ ਬੇਟਾ ਜਨਮ ਲਵੇ ਉਹ ਵੀ ਮਲਪੀ ਉਹਨਾਂ ਨੂੰ ਬਚਾਉਣਾ ਘਰ ਹੋਵੇ ਉਹ ਵੀ ਨਾਮ ਰੱਖਣਾ ਉਹਨਾਂ ਦਾ ਫਤੇਵੀਰ ਜੋ ਵੀ ਉਹਨਾਂ ਨੇ ਸੋਚਿਆ ਬਾਕੀ ਉਹਨਾਂ ਨੂੰ ਤਾਂ ਚਲੋ ਇੱਕ ਅਸੀਂ ਹਮਦਰਦੀ ਉਹਨਾਂ ਨੂੰ ਮਲਪੀ ਦਰਦ ਹੋਇਆ ਥੋੜਾ ਜਿਆ ਮਹਿਸੂਸ ਹੋਇਆ ਮਲਪੀ ਸਾਡੇ ਦੁਬਾਰਾ ਮਲਪੀ ਉਹਨਾਂ ਨੂੰ ਪੁੱਛਿਆ ਸ਼ਿਆ ਮਲਪੀ ਕੀ ਗੱਲ ਬਣੇਗਾ ਅਸੀਂ ਉਸ ਤਰ੍ਹਾਂ ਵੀਡੀਓ ਪਾਈ ਸੀ ਉਹਨਾਂ ਦੇ ਇਸ ਤਰ੍ਹਾਂ ਮਿਲੋ ਲੋਕੀ ਪੁੱਛਦੇ ਨਹੀਂ ਉਸ ਤਰ੍ਹਾਂ ਮਲ ਵਧਾਉਣ ਮਾਰੇ ਉਹ ਵੀ ਗਮਲ ਪੀ ਉਹਨਾਂ ਨੂੰ ਵੀ ਪਰ ਉਹਨਾਂ ਨੂੰ ਵੀ ਥੋੜਾ ਦੁੱਖ ਹੋਇਆ ਮਲਪੀ ਇਤਰਾ ਮਲਪੀ ਹੋਇਆ ਵਾ ਬਹੁਤ ਅਲਵਾ ਜੀ ਇਸੇ ਛਣ ਗੱਲਬਾਤ ਕੀਤੀ ਫਤੇਬੀ ਸਿੰਘ ਦੇ ਜਿਹੜੇ ਪਿਤਾ ਜੀ ਨੇ ਜਿਨ੍ਹਾਂ ਕਿਹਾ ਗਿਆ ਕਿ ਲੋਕਾਂ ਨੇ ਇੱਕ ਲਾਈਕ ਦੋ ਵਾਸਤੇ ਵੀਡੀਓ ਦੇ ਅਤੇ ਕਮੈਂਟ ਵਧਾਉਣ ਵਾਸਤੇ ਜਿਹੜੇ ਖਾਸ ਕਰਕੇ ਵੀਊ ਵਧਾਉਣ ਵਾਸਤੇ ਕਿਸੇ ਦੀ ਵੀਡੀਓ ਨੂੰ ਦੁਰਵਰਤੋਂ ਕੀਤੀ ਆ ਅਤੇ ਉਸ ਪਰਿਵਾਰ ਨੂੰ ਦੁੱਖ ਜਿਹੜਾ ਕਾਫੀ ਮਿਲਿਆ ਵਾ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਪੰਜਾਬੀ ਲੋਕ ਦੀ ਚੈਨ ਟੀਮ ਨੇ ਅੱਜ ਉਸ ਪਰਿਵਾਰ ਦੇ ਨਾਲ ਕੰਮ ਮਿਲਿਆ ਉਸ ਟਿਕਟੋਕ ਦੀ ਉਸ ਵੀਡੀਓ ਨੂੰ ਜਿਹੜਾ ਵਾਇਲ ਹੋਈ ਸੀ ਉਸ ਦੀ ਪੂਰੀ ਜਾਂਚ ਕਰਨ ਵਾਸਤੇ ਅੱਜ ਅਸੀਂ ਨਾਲੇ ਲਾਗੇ ਪਿੰਡ ਲਖੋਵਾਲ ਵਿੱਚ ਆ ਕੇ ਪੂਰੀ ਜਾਂਚ ਇਥੇ ਬਰਤਾਲ ਕੀਤੀ ਗਈ ਹੈ ਵੀ ਕੀ ਹੈ ਕੀ ਸਚਾਈ ਕੀ ਹੈ ਉਹਨਾਂ ਸਾਹਮਣੇ ਅੱਜ ਸਚਾਈ ਅਸੀਂ ਪੇਸ਼ ਕਰਾਂਗੇ ਪ੍ਰਦਰਸ਼ਕਾਂ ਨੂੰ ਵੀ ਜਿਹੜੀ ਟਿਕਟੋਕ ਦੀ ਜਿਹੜੀ ਵੀਡੀਓ ਹੈ ਜਿਹੜੀ ਫਤੇਬੀ ਸਿੰਘ ਦੀ ਉਹ ਜਿਹੜੀ ਸਹੀ ਸਚਾਈ ਹੈ ਸਾਰੀ ਆਪਣੇ ਦਰਸ਼ਕਾਂ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਗੱਲਬਾਤ ਕਰਨੇ ਸਾਡੇ ਨਾਲ ਫਤੇਬੀ ਦੀ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨੇ ਆ ਸਭ ਤੋਂ ਪਹਿਲਾਂ ਪੰਜੀ ਪੰਜਾਬੀ ਲੋਕ ਚਲਾਇਂਟਾ ਦਾ ਬਹੁਤ ਬਹੁਤ ਸਵਾਗਤ ਹੈ ਧ ਅਹ ਪਿੰਨੀ ਫਤੇਵੀਰ ਦੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਤੁਹਾਨੂੰ ਧੰਨਵਾਦ ਤੇ ਕੀ ਲੱਗਦਾ ਵਾ ਜਿੱਥੇ ਕੀ ਫਤੇਵੀਰ ਦੀ ਇੱਕ ਵੀਡੀਓ ਵਾਇਰਲ ਹੋਈ ਆ ਅ ਜਿਹੜੀ ਕੀ ਉਹ ਵੀਡੀਓ ਜੋੜੀ ਗਈ ਆ ਭਗਵਾਰਪੁਰ ਜਿਹੜੇ ਇੱਕ ਫਤੇਵੀਰ ਸੰਗਰੂਰ ਦੇ ਜਿਹੜੇ ਵੀਡੀਓ ਨਾਲ ਜੋੜੀ ਗਈ ਕਿੰਨਾ ਕੁ ਦੁੱਖ ਲੱਗਦਾ ਕਿੰਨਾ ਕੁ ਥੋੜਾ ਮਹਿਸੂਸ ਹੋਇਆ ਇਹ ਬਾਰੇ ਉਹਨਾਂ ਨੇ ਮਤਲਬ ਕਿ ਵੀਡੀਓ ਗਲਤ ਜੋੜੀ ਆ ਬਹੁਤ ਦੁੱਖ ਵਾਲੀ ਗੱਲ ਆ ਪਰ ਸਾਡੇ ਘਰ ਤੇ ਖੁਸ਼ੀਆਂ ਆਈਆਂ ਪਰ ਜਦੋਂ ਉਹ ਸੋਹnde ਹੋਣਗੇ ਤੇ ਉਹਨਾਂ ਲਈ ਦੁੱਖ ਦੀ ਗੱਲ ਆ ਹੂੰ ਉਹਨਾਂ ਦੇ ਮਾਪੇ ਉਹਨਾਂ ਨੂੰ ਵੀ ਦੁੱਖ ਲੱਗਦਾ ਹੋਵੇਗਾ ਹੂੰ ਉਹ ਸਚਾਈ ਕੀ ਸੀ ਵੀਡੀਓ ਦੀ ਕੀ ਬਣਾਈ ਗਈ ਸੀ ਕੋਕਸਟੈਂਡ ਵੀਡੀਓ ਬਣਾਈ ਗਈ ਸੀ ਅਸੀਂ ਤਾਂ ਵੈਸੇ ਵੀਡੀਓ ਬਣਾਈ ਸੀ ਕਿ ਇੱਕ ਜਾਦਗਿਰ ਵਾਸਤੇ ਬਣਾਈ ਸੀ ਵੀਰ ਜੀ ਉਹਨਾਂ ਨੇ ਆਪਣੀ ਫੇਸਬੁੱਕ ਤੇ ਚਾੜੀ ਸੀ ਸਾਨੂੰ ਚੰਗੀ ਲੱਗੀ ਸੀ ਟਿਕਟੋਕ ਤੇ ਵੀ ਪਾਈ ਵੀਰ ਜੀ ਉਹਨਾਂ ਨੇ ਸਾਨੂੰ ਤੇ ਆਪਣੇ ਵਲੇ ਚੰਗੀ ਲੱਗੀ ਸੀ ਕਿ ਘਰ ਆਏ ਦਾ ਸਵਾਗਤ ਕੀਤਾ ਆ ਪਰ ਲੋਕਾਂ ਨੇ ਗਲਤ ਯੂਜ਼ ਕੀਤੀ ਕਿੱਥੇ ਲਿਆ ਵੀਰ ਨੇ ਰਫਤੇ ਵੀ ਨ ਜਾਣਦੇ ਕਿੱਥੇ ਲਿਆ ਜਿਹੜਾ ਜਾਣ ਕਿੱਥੇ ਹੋਇਆ ਸੀ ਕਿੱੜਾ ਬੈੜੀ ਹਸਪੀਟਲ ਅੰਮ੍ਰਿਤਸਰ ਤੇ ਲੋਕਾਂ ਕੋਲ ਕੋ ਗਲਤ ਵੀਡੀਓ ਜੋੜ ਕੇ ਨਾਲ ਜਿਹੜਾ ਪੇਸ਼ ਕੀਤਾ ਗਿਆ ਉਹਨਾਂ ਪਰਿਵਾਰਾਂ ਨੂੰ ਦੁੱਖ ਹੋਇਆ ਥੋੜਾ ਪਰਿਵਾਰ ਨੂੰ ਇੱਕ ਵਾਰ ਜਿਹੜੇ ਜ਼ਖਮ ਹਨ ਫੇਰ ਹਰਿਆਉਗੇ ਕੀ ਕਹਿਣਾ ਜਾਹੋਗੇ ਹਾਂਜੀ ਅਸੀਂ ਤਾਂ ਇਹੀ ਕਾਵਾਂਗੇ ਕਿ ਲੋਕਾਂ ਵਾਸਤੇ ਗਲਤ ਗੱਲ ਆ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਹਾਂਜੀ ਤੇ ਉਹਨਾਂ ਪਰਿਵਾਰ ਵਾਸਤੇ ਇਹ ਫਤੇਵੀਰ ਦੇ ਪਰਿਵਾਰ ਜਿਹੜਾ ਪਰਿਵਾਰ ਵਾਸਤੇ ਅਰਦਾਸ ਬੇਨਤੀ ਕਰੂਗੀ ਪ੍ਰਮਾਤਮਾ ਉਹਨਾਂ ਨੂੰ ਇੱਕ ਵਾਰ ਫੇਰ ਤੁਹਾਡਾ ਫਤੇਵੀਰ ਦਾ ਪਰਿਵਾਰ ਝੋਲੀ ਪਾਵੇ ਹਾਂਜੀ ਅਸੀਂ ਤਾਂ ਅਰਦਾਸ ਕਰਦੇ ਬੇਨਤੀ ਕਰਦੇ ਆ ਪਰ ਉਹਨਾਂ ਨੂੰ ਜੋ ਦੁੱਖ ਪਹੁੰਚਿਆ ਉਹਨਾਂ ਨੂੰ ਤੇ ਹੁਣ ਦੁੱਖ ਹੈਗਾ ਹੀ ਆ ਫੇਰ ਤੋਂ ਦੁਬਾਰਾ ਇਹ ਮਹਾਰਾਜ ਮੰਤਰੀ ਬੋ ਬਟਾਲਵਾ ਜੀ ਇਸੇ ਜਿਹੜਾ ਗੱਲਬਾਤ ਕੀਤੀ ਫਤਿਹਵੀਰ ਦੀ ਮਾਤਾ ਜੀ ਨੇ ਅਤੇ ਦਾਦੀ ਜੀ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਰਹੀ ਕੈਮਰੇ ਦਿਖਾ ਰਹੇ ਨੇ ਉਸ ਪਰਿਵਾਰ ਦੀਆਂ ਨੇ ਅਤੇ ਪਰਿਵਾਰ ਚ ਖੁਸ਼ੀ ਦੀ ਲਹਿਰ ਆ ਪਰਿਵਾਰ ਦੇ ਦਾਦੀ ਜੀ ਨੇ ਫਤਿਹਵੀਰ ਨੂੰ ਚੱਕਿਆ ਹੋਇਆ ਨਾਲ ਮਾਤਾ ਜੀ ਬੈਠੇ ਨੇ ਫਤਿਹਵੀਰ ਦੇ ਤੇ ਬਹੁਤ ਹੀ ਖੁਸ਼ੀ ਦੀ ਕੁਰਸੀ ਦਾ ਮਾਹੌਲ ਆ ਅਤੇ ਉੱਥੇ ਜਿੱਥੇ ਕਿ ਇਸ ਪਰਵਾਦ ਦਾ ਖੁਰਚੀ ਦਾ ਮਾਲ ਹੈ ਅਤੇ ਉਹ ਫਤਿਹ ਵੀ ਜਿਹੜਾ ਕੀ ਪਵਾਲਪੁਰ ਰਹਿਣ ਵਾਲਾ ਸੀ ਉੱਥੇ ਪਰਵਾਦ ਚ ਥੋੜਾ ਦੁੱਖ ਦਾ ਮਾਹੌਲ ਹੈ ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਫੋਨ ਕਰ ਕਰਕੇ ਉਹਨਾਂ ਨੂੰ ਇੱਕ ਵਧਾਈ ਦਿੱਤੇ ਅਤੇ ਉਸ ਪਰਵਾਦ ਦੀ ਜ਼ਖਮ ਇੱਕ ਤੋਂ ਫਿਰ ਤੋਂ ਹਾਰੇ ਹੋ ਗਏ ਨੇ ਪਰ ਪੰਜਾਬੀ ਲੋਕਾਂ ਦੀ ਚੈਨਲ ਦੀ ਟੀਮ ਨੇ ਇਹ ਸਾਰੀ ਵੀਡੀਓ ਦੀ ਜਿਹੜੀ ਆ ਪਰਤਾਲ ਕਰਕੇ ਜਾਂਚ ਕੀਤੀ ਗਈ ਅਤੇ ਕਿੱਥੋਂ ਵੀਡੀਓ ਵਾਇਰਲ ਹੋਈ ਆ ਤੇ ਅਸੀਂ ਸੱਚਾਈ ਕੀ ਆ ਅਤੇ ਪੰਜਾਬੀ ਲੋਕ ਚੈਨਲ ਤੇ ਜਿਹੜੀ ਇਸ ਵੀਡੀਓ ਦੀ ਜਿਹੜੀ ਸਾਰੀ ਸੱਚਾਈ ਆ ਅਸੀਂ ਪੇਸ਼ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਦੀ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ